हाँ जी दोस्तों, सब तो पहला तो प्यार भरी सत श्री अकाल जी। दोस्तों अज की वीडियो असी अमर सिंह चमकीला जी के अखीरले समय स्टेजों उत्ते वापरे उन्हां घटनाक्रमां ते चानना पावांगे जदों उन्हां नूं मिल रही धमकियां का सिलसिला बहुत ज़्यादा वध गया सी ते उन्हां दे चलदे अखाड़े विच ही जना खणा आके स्टेज ते परची सुट के लंघ जा करदा सी ते उत्तों अमरजोत जी दे दूजा बेबी होण वाला सी। इसे कारण चमकीला जी प्रोग्रामां ते कदे हरनीत नीतू नूं अते कदे उषा किरण जी नूं अपने नाल लै के जाया करदे सी। दोस्तों इस गल तो यह अंदाजा तो लाया जा सकता है कि अपने अखीरले समय अमर सिंह चमकीला जी किन्ने तनाव दे विच जी रहे सी ते केड़े केड़े कलाकार उन्हां तों निजी तौर ते खार खांदे सी, इस दा भी जिक्र अज असीं इस वीडियो विच करन जा रहे हाँ। सारी वीडियो अखीर तक वेख्यो, आजो शुरू करदे हां। यह गल कोई सन 1988 दे जनवरी महीने दे गेड़ दी है जदों अमर सिंह चमकीला जी बठिंडे लागे अपना अखाड़ा लाण गए हुए सी। प्रोग्राम शुरू होण तों कुछ मिंट पहलां ही हरजीत गिल चमकीले नूं पासे कोई गल दसण लई लै गया। गिल दी गल सुण के चमकीला बहुत गमगीन हो गया सी। काफ़ी देर चुप रहण तों बाद गंभीर सोचां विच डुब्बा होया चमकीला स्टेज ते आ के हारमोनीयम वजाउण लग पिया सी। रणीत नीतू नूं समझ नहीं सी लगदी कि हर वेले हंसू हंसू करदे रहण वाले चमकीले नूं आखिर हो की गया सी। नीतू ने अपनी आदत मुताबक दो चार बार मजाक भी किते लेकिन चमकीला रता भी नहीं सी हसया। चुपचाप बैठे चमकीले नूं देख के नीतू नूं लगदा सी जानी यह वह चमकीला नहीं सी जो बुत बनया बैठा सी, बल्कि कोई होर ही चमकीला सी। असल चमकीला तां हसमुख सुभा दा मालक सी। प्रोग्राम गिल ने धार्मिक गीत गा के शुरू कर दिता सी। चमकीला स्टेज के पिछे गया ते टेंट के ओले खड़के उसने जेब विचों बंडल कट के 501 दियां इकट्ठियां दो बीड़ियां सलगा लईयां। चमकीला जदों भी फिक्रमंद हुंदा सी तां बीड़ी फूकण लग जाया करदा सी। तनाव तों मुक्ति पाउण दा इह उसदा अपना ही नराला ढंग सी। उसनूं जापदा हुंदा सी कि जिवें बीड़ी दे धुएं नाल ओह अपनी समस्या नूं वी फूक रिहा होवे। प्रोग्राम शुरू होया तां स्टेज उत्ते चमकीला अपने असली रंग विच आ गया सी। उसदी उदासी ਕਿਤੇ ਖੰਭ ਲਾ ਕੇ ਉੱਡ ਗਈ ਸੀ। ਉਹ ਹਾਸਾ ਮਜ਼ਾਕ ਅਤੇ ਚੁਲਬਲੇ ਗੀਤ ਗਾ ਕੇ ਲੋਕਾਂ ਦਾ ਮਨੋਰੰਜਨ ਕਰਦਾ ਹੋਇਆ ਪੂਰਨ ਪ੍ਰਸੰਨ ਸੀ। 2 ਘੰਟੇ ਦਾ ਪ੍ਰੋਗਰਾਮ ਕਦੋਂ ਨਿਬੜ ਗਿਆ ਨੀਤੂ ਨੂੰ ਇਹ ਪਤਾ ਹੀ ਨਹੀਂ ਚੱਲਿਆ। ਉਸ ਪ੍ਰੋਗਰਾਮ ਤੋਂ ਬਾਅਦ ਨਜ਼ਦੀਕ ਹੀ ਅਗਲਾ ਅਖਾੜਾ ਲੱਗਣਾ ਸੀ। ਅਗਲੀ ਜਗ੍ਹਾ ਜਾ ਕੇ ਵੀ ਹੱਸਦੇ ਖੇਡਦੇ ਚਮਕੀਲੇ ਨੇ ਪ੍ਰੋਗਰਾਮ ਸ਼ੁਰੂ ਕਰ ਦਿੱਤਾ ਸੀ। ਅਜੇ 1.5 ਘੰਟਾ ਪ੍ਰੋਗਰਾਮ ਲੱਗੇ ਨੂੰ ਹੋਇਆ ਸੀ ਕਿ ਇੱਕ ਕੇਸਰੀ ਪੱਗ ਵਾਲਾ ਮੁੰਡਾ ਚਮਕੀਲੇ ਨੂੰ ਇੱਕ ਪਰਚੀ ਫੜਾ ਗਿਆ। ਪਰਚੀ ਪੜਦਿਆਂ ਹੀ ਚਮਕੀਲਾ ਢਿੱਲਾ ਜਿਹਾ ਹੋ ਗਿਆ। ਉਸਦੇ ਵਿੱਚੋਂ ਗੀਤ ਗਾਉਣ ਵਾਲਾ ਜੋਸ਼ ਮੱਠਾ ਪੈ ਗਿਆ। ਪ੍ਰੋਗਰਾਮ ਖਤਮ ਕਰਨ ਸਾਰ ਉਹ ਸਟੇਜ ਦੇ ਪਿੱਛੇ ਗਿਆ ਅਤੇ ਉਸਨੇ ਬੀੜੀ ਦੇ ਲੰਮੇ ਲੰਮੇ ਕਸ਼ ਖਿੱਚਣੇ ਸ਼ੁਰੂ ਕਰ ਦਿੱਤੇ। ਸਾਜ਼ੀਆਂ ਨੇ ਸਾਜ਼ ਇਕੱਠੇ ਕੀਤੇ ਤਾਂ ਚਮਕੀਲੇ ਨੇ ਦਮਾਦਮ ਉੱਥੋਂ ਕਾਰ ਵਿੱਚ ਬੈਠ ਕੇ ਨਿਕਲਣ ਦੀ ਕੀਤੀ ਸੀ। ਗੱਡੀ ਵਿੱਚ ਘਰ ਨੂੰ ਆਉਂਦਿਆਂ ਚਮਕੀਲਾ ਖਾਮੋਸ਼ ਅੱਖਾਂ ਬੰਦ ਕਰੀ ਬੈਠਾ ਸੀ। ਗੱਡੀ ਵਿੱਚ ਹੀ ਬੈਠਿਆਂ ਉਸਨੇ ਸਾਰੇ ਸਾਜ਼ੀਆਂ ਨੂੰ ਉਹਨਾਂ ਦੀ ਪੇਮੈਂਟ ਦੇ ਦਿੱਤੀ ਸੀ। ਕਾਫੀ ਵਾਟ ਕੱਢਣ ਮਗਰੋਂ ਆਖਿਰਕਾਰ ਗੱਡੀ ਅਮਰ ਸਿੰਘ ਚਮਕੀਲੇ ਦੇ ਜਮਾਲਪੁਰ ਵਾਲੇ ਘਰ ਦੇ ਮੂਹਰੇ ਆ ਕੇ ਖੜ ਗਈ। ਨੀਤੂ ਨੇ ਆਖਿਰਕਾਰ ਚਮਕੀਲੇ ਨੂੰ ਅਖਾੜੇ ਵੇਲੇ ਵਾਪਰੀ ਘਟਨਾ ਬਾਰੇ ਪੁੱਛ ਹੀ ਲਿਆ ਸੀ। ਤੁਸੀਂ ਅੱਜ ਬਹੁਤ ਉਦਾਸ ਸੀ, ਕੀ ਹੋਇਆ ਸੀ? ਕੁਝ ਨਹੀਂ, ਤੈਨੂੰ ਐਵੇਂ ਲੱਗਦਾ। ਚਮਕੀਲੇ ਨੇ ਗੱਲ ਟਾਲਣੀ ਚਾਹੀ ਸੀ। ਨਹੀਂ ਟਾਲੋ ਨਾ, ਕੋਈ ਗੱਲ ਤਾਂ ਜ਼ਰੂਰ ਹੋਈ ਸੀ। ਅਸੀਂ ਗੱਡੀ ਵਿੱਚ ਵੀ ਸਾਰੇ ਰਸਤੇ ਚੁੱਪ ਰਹੇ ਸੀ। ਬੰਦਾ ਜਦੋਂ ਕਿਸੇ ਦੇ ਕਰੀਬ ਰਹਿੰਦਾ ਤਾਂ ਉਸ ਵਿੱਚ ਆਈ ਨਿੱਕੀ ਜਿਹੀ ਤਬਦੀਲੀ ਨੂੰ ਵੀ ਝੱਟ ਫੜ ਲੈਂਦਾ। ਤੁਸੀਂ ਅੱਜ ਬਹੁਤ ਉਦਾਸ ਸੀ, ਮੈਨੂੰ ਬੇਸ਼ੱਕ ਕਾਰਨ ਨਾ ਦੱਸੋ ਪਰ ਇੰਝ ਹੀ ਹੱਸਦੇ ਰਿਹਾ ਕਰੋ। ਉਦਾਸੀ ਤੁਹਾਡੇ ਚਿਹਰੇ ਉੱਤੇ ਬਿਲਕੁਲ ਚੰਗੀ ਨਹੀਂ ਲੱਗਦੀ। ਨੀਤੂ ਦੇ ਹਮਦਰਦੀ ਭਰੇ ਬੋਲ ਨਿਕਲੇ ਸੀ। ਚਮਕੀਲਾ ਬੋਲਿਆ ਸੀ, ਦਰਅਸਲ ਨੀਤੂ ਮੈਂ ਬਹੁਤ ਇਕੱਲਾ ਜਿਹਾ ਹੋ ਜਾਂਦਾ ਕਈ ਵਾਰ। ਮੇਰੇ ਕੋਲ ਦੌਲਤ ਸ਼ੋਹਰਤ ਦੁੱਧ ਪੁੱਤ ਸਭ ਕੁਝ ਹੈ ਪਰ ਸਭ ਕਾਸੇ ਦੇ ਹੁੰਦਿਆਂ ਵੀ ਮੈਂ ਆਪਣੇ ਆਪ ਨੂੰ ਨੰਗ ਅਤੇ ਗਰੀਬੜਾ ਜਿਹਾ ਮਹਿਸੂਸ ਕਰਨ ਲੱਗ ਜਾਂਦਾ ਹਾਂ। ਮੈਂ ਅੰਦਰੋਂ ਬੁਰੀ ਤਰ੍ਹਾਂ ਟੁੱਟਿਆ ਪਿਆ ਹਾਂ। ਮੈਂ ਦਿਨ ਰਾਤ ਸਖਤ ਮਿਹਨਤ ਕਰਕੇ ਆਪਣਾ ਨਾਂ ਬਣਾਇਆ ਹੈ। ਲੋਕਾਂ ਵਿੱਚ ਮੈਂ ਆਪਣੀ ਕਲਾ ਅਤੇ ਮਿਹਨਤ ਨਾਲ ਮਕਬੂਲ ਹੋਇਆ ਹਾਂ। ਸਾਰੇ ਗਾਇਕ ਮੇਰੇ ਤੋਂ ਖਾਰ ਖਾਂਦੇ ਹਨ, ਮੇਰੇ ਗੀਤਾਂ ਨੂੰ ਲੱਚਰਾ ਕੇ ਭੰਡਦੇ ਹਨ, ਜਦਕਿ ਉਹ ਆਪ ਵੀ ਇਹੋ ਕੁਝ ਹੀ ਕਰ ਰਹੇ ਹਨ। ਮੈਨੂੰ ਪ੍ਰੋਗਰਾਮ ਮਿਲਦੇ ਨੇ ਤਾਂ ਇਸ ਵਿੱਚ ਮੇਰਾ ਕੀ ਕਸੂਰ ਹੈ? ਮੈਂ ਆਪਣੀ ਹਿੰਮਤ ਨਾਲ ਦਿਹਾੜੀ ਵਿੱਚ 3-3 ਅਖਾੜੇ ਲਾਉਂਦਾ ਹਾਂ। ਮੈਂ ਕਿਸੇ ਨੂੰ ਰੋਕਿਆ ਹੈ ਉਹ ਲਾ ਲੈਣ, ਬਸ ਐਵੇਂ ਮੇਰੇ ਤੋਂ ਸਭ ਜਲਦੇ ਰਹਿੰਦੇ। ਛਿੰਦੇ ਨੂੰ ਮੈਂ ਉਸਤਾਦ ਧਾਰ ਕੇ ਮਾਣ ਦਿੱਤਾ ਸੀ, ਹਾਲਾਂਕਿ ਉਸਨੇ ਮੈਨੂੰ ਕੁਝ ਨਹੀਂ ਸਿਖਾਇਆ। ਉਹ ਵੀ ਜਸਵੰਤ ਭਮਰੇ ਤੋਂ ਸਿੱਖਿਆ ਅਤੇ ਮੈਂ ਵੀ ਭਮਰੇ ਤੋਂ ਸਿੱਖ ਕੇ
उस तो अगे लंघ गया हाँ तो उसनू यही बर्दाश्त करना औखा होया पिया है। माणक नू अमरजोत दा मेरे नाल गाउण दा दुख है। बब्बी जदों उस दीआं करतूतां कारण उस नाल गाउणा छड के आई सी तां ओह लोकां नू कहिंदा फिरदा सी किथे जाऊगी आपे धक्के तुक्के खा के मेरे कोल ही आऊगी। बब्बी ने मेरे नाल हिट हो के उस दे मूँह ते करारी चपेट लाई है। कई प्रोग्रामां विच लोकां दीआं मिन्नतां करके मैं माणक दे गीत सुनन लई सरोतिआं नू मजबूर किया है। खाड़कू गुरजंट सिंह बुत सिंह वाला कुलदीप माणक दे घरे रहिंदा सी। माणक ने केरां पैग ला के बुत सिंह वाले नू कहा यार बड़े खाड़कू बने फिरदे हो चमकीला शरेआम गंद पाई जांदा चमकीले नू चुक दिओ। बुत सिंह वाला कहिंदा माणक साहब आह गल्लां करके तुसीं मेरे सामने बहुत बौने हो गए हो। तुसीं चमकीले दी लकीर कट के नहीं उस नालों बड़ी खिच के दिखाओ। साडी लड़ाई सरकार नाल है चमकीले नाल नहीं। दुआबे दे खाड़कू छिंदे कोल आउंदे रहिंदे सी। कई बार उन्होंने लोगों को धमका के मेरे प्रोग्राम कैंसल करवाए। सदीक अपने आप दुगाना गायकी का बादशाह समझी फिरदा सी। हुण उसनू कोई नहीं पुछदा तां इस विच उसकी गायकी का दोष है मेरी की गलती है। जसवंत संधीला मेरी पहली घरवाली ते सहुरिआं नू चुकदा थलदा रहिंदा। कदे अपने खाड़कू भरा पप्पू राहीं धमकियां दवाउण लग जांदा है। साडे प्रोग्राम लोगों को डरा के वह कैंसल करवा देंदे हन। हालांकि इस संधीले नू मैं 50 बारी अपने साइकिल ते बिठा के उसके पिंड धांदरे छड के आया कि नहीं प्रोग्राम मैं उसनू अपने बुक करा के दिते हन। बाकी होर भी किन्ने नाम गणावां तैनू। कंध नाल ढोलां ही बैठे चमकीले ने अखां मीच के अपना सिर पिछे कंध नाल ला लिया सी। पर इहदे विच तुहानू उदास होण दी की लोड़ है। जे नींद हराम हुंदी है तां उहनां दी होण दिओ। नीतू ने सजा दित्ता सी नहीं नीतू मैं इहनां दी परवाह नहीं करदा। मैं अपनी कला नाल 8-10 किले जमीन बना ली है यह मकान बना लिया है। दुगरी वाला घर संभाल दिता है। मैं बहरीन दुबई कनेडा ते अमेरिका दे टूर ला ले हन। हुण इंग्लैंड जाण दी गल चलती है। फिल्मां वाले मेरे मगर गाने गवाउण लई तुरे फिरते हन। इस समय पंजाबी गायकां विच्चों सब तो वध पैसे कमा रहा हाँ पर मेरी शोहरत ही मेरी बैरी बनी पई है। मैनू रोज़ जानों मारन दीआं धमकियां मिल रही हन। जणा खणा परची लिख के स्टेज ते सट जांदा है कि अज तैनू गोली मार देनी है जां अज तेरी गड्डी नू घेर के अग लावांगे। मैं नित नित धमकियां सुणदा अक्किआ पिआ हाँ। कदे कदे तां मन विच आउंदा भी साजियां नू रफड़ा लै दवां ते कहां मैं गाउंदा हाँ ते तुसीं खड़े फैर करी जाओ। मैं गोलियां नू ही संगीत समझ के गाई जाऊंगा। चमकीले ने सुक्या गला तर करन लई गलास चुक के पानी दी घुट भर लई। जे इहो जिही गल है तां तुसीं थोड़ी देर किधरे टल जाओ। नीतू ने अपनी समझ मुताबक मशवरा दिता। सरनीत कि दुनिया विच कोई ऐसी थां है जिथे मौत नहीं आ सकती। जद मौत आनी आ तां आ के ही रहनी है। फिर बुजदलां वांग भज्जण दा की फायदा। मैं मरन तो नहीं डरदा। जिहड़ी गोली मेरे लई बनी है ओह मेरे ही वज्जणी है। सच पुछे मैं बिल्कुल परवाह नहीं करदा। मैं तां इही कहिंदा हाँ कि मैं हिक ताण के खड़ा हाँ। जिन्हें कल मारना अज मार दवे। मेरे अंदरों जीण दी हसरत ते मौत दा खौफ मर चुकिया है। असी जदों कनेडा गए सी तां मैं चाहुंदा सी असी उत्थे ही रह जाइए। प्रमोटर नाल भी मेरी गल पक्की हो गई सी लेकिन बब्बी नहीं मनी। वह कहिंदी जीपू बहुत छोटा है मेरा उस बिना जी नहीं लगना। मजबूरन सानू औलाद खातर पंजाब वापस आना पै गया। कनेडा एक होर गल हुई। वर्ल्ड सिख ऑर्गनाइजेशन वाले उत्थे मेरे को आए ते मेरे कुछ गीतां उत्ते इतराज करन लगे। मैं उन्हां नू दस्या सी कि मैं दरबार साहब जाके 5 मैंबरी कमेटी कोल पेश होया सी ते उन्हां नाल कीते वादे मुताबक नाम जप लै ते बाबा तेरा ननकाणा दो धार्मिक LP भी कर दिते। जो मेरे इतराज योग गीत हन वह तो मैं स्टेजों उपर गाने भी बंद किए हुए हैं। फिर भी उन्हां दा माण रखण लई मैं टोरंटो गुरद्वारे जाके संगत तो दुबारा माफ़ी मंग ली सी ते धार्मिक प्रोग्राम पेश किया सी। नाले मैं उत्थे दस्या सी कि मैं जल्द ही आसा दी वार भी रिकॉर्ड करवा रहा हाँ। उत्थे मैनू एक प्रचारक मिलिया सी। ओह मैनू अपने घर लै गया। उसने मेरे धार्मिक गीतां दी प्रशंसा करदिआं मैनू $100 इनाम भी दिता सी। उसने मैनू कहा सी कि चमकीले धार्मिक गीतां विच सिख कौम दे शहीदां दी महिमा गा के जो तू इकल्ले ने कम किया है ओह 100 रागी ढाडी भी मिलके नहीं कर सकते। शहीदां दा तेरे सिर ते हमेशा मेहर भरिया हथ रहेगा। मैं अपने गीतों विच समाजिक बुराइयां नू उगाड़ के समाज मूहरे रखिया है। मेरा धर्म ते कर्म लोकां दा मनोरंजन करन दा है। गाउणा साडा रोजगार है ते असी उही गाउंदे हाँ जो लोग सुनना पसंद करदे हन। जे असी लोकां दे मतलब दा ना गावांगे
ਤਾਂ ਲੋਕ ਸਾਨੂੰ ਸੁਣਨਾ ਛੱਡ ਦੇਣਗੇ। ਕੀ ਮੈਂ ਵੀ ਦੂਜੇ ਗਾਇਕਾਂ ਵਾਂਗ ਗਾਉਣਾ ਛੱਡ ਕੇ ਘਰੇ ਬੈਠ ਜਾਵਾਂ? ਮੈਂ ਆਪਣੇ ਮਨ ਵਿੱਚ ਧਾਰ ਲਈ ਸੀ ਕਿ ਮੈਂ ਆਪਣੇ ਅਕੀਦੇ ਤੋਂ ਪਿੱਛੇ ਨਹੀਂ ਹਟਾਂਗਾ। ਇਸ ਲਈ ਅਸੀਂ ਕੈਨੇਡਾ ਰਹਿਣ ਦਾ ਵਿਚਾਰ ਤਿਆਗ ਕੇ ਵਾਪਸ ਪੰਜਾਬ ਆ ਗਏ ਸੀ। ਮੈਂ ਤਾਂ ਨਿਧੜਕ ਹਾਂ, ਲੇਕਿਨ ਮੇਰੇ ਸਾਜੀ ਕਈ ਵਾਰ ਡਰ ਜਾਂਦੇ ਨੇ। ਮੇਰੇ ਸਾਜੀ ਘਰ ਇਹ ਕਹਿ ਕੇ ਆਉਂਦੇ ਨੇ ਕਿ ਸਾਡੀ ਸ਼ਾਮ ਦੀ ਰੋਟੀ ਨਾ ਪਕਾਇਓ, ਪਤਾ ਨਹੀਂ ਅਸੀਂ ਮੁੜਨਾ ਵੀ ਹੈ ਜਾਂ ਨਹੀਂ। ਜਦੋਂ ਦੀਆਂ ਧਮਕੀਆਂ ਆਉਣ ਲੱਗੀਆਂ ਤਾਂ ਟਕਤਾਂ ਟੱਕਣ ਅਤੇ ਘੋਲੀ ਡਰਦੇ ਮਾਰੇ ਨਾਲ ਜਾਣੋ ਹਟ ਗਏ। ਸੱਤਾ ਕਾਰ ਵਿੱਚ ਖਿੜਕੀ ਵਾਲੇ ਪਾਸੇ ਨਹੀਂ ਬੈਠਦਾ, ਆਖ ਦਿੰਦਾ ਸਭ ਤੋਂ ਪਹਿਲਾਂ ਮੈਨੂੰ ਬਾਹਰ ਕੱਢ ਕੇ ਮਾਰਨਗੇ। ਮੈਂ ਉਸਨੂੰ ਹੌਂਸਲਾ ਦੇਣ ਲਈ ਆਖ ਦਿੰਦਾ ਹੁੰਦਾ ਕਿ ਜਦੋਂ ਗੋਲੀ ਚੱਲੂ ਮੈਂ ਮੂਹਰੇ ਹਿੱਕ ਤਾਣ ਕੇ ਖੜੂੰਗਾ। ਮਣਕੂ ਇੱਕ ਵਾਰ ਧਮਕੀ ਪੱਤਰ ਆਏ ਤੋਂ ਕੰਬਣ ਲੱਗ ਗਿਆ ਸੀ। ਉਸਦਾ ਦਿਲ ਧਰਾਉਣ ਲਈ ਮੈਂ ਰਾਤ ਨੂੰ ਉਸਨੂੰ ਤਿੱਤਰ ਦਾ ਮੀਟ ਖਵਾਉਣ ਲਈ ਲੈ ਗਿਆ। ਅੱਗੋਂ ਢਾਬਾ ਬੰਦ ਸੀ। ਮੁੜਦੇ ਹੋਏ ਮੈਂ ਉਸਨੂੰ ਕਿਹਾ ਕਿ ਮੈਂ ਮਰ ਕੇ ਵੀ ਤੇਰੇ ਤੋਂ ਤਿੱਤਰ ਖਾਣ ਆਇਆ ਕਰੂੰਗਾ। ਅਜਿਹਾ ਕਹਿਣ ਪਿੱਛੇ ਮੇਰਾ ਮਕਸਦ ਇਹੀ ਸੀ ਕਿ ਜਿਹਨੇ ਮਾਰਨਾ ਹੈ ਮੈਨੂੰ ਮਾਰਨਗੇ, ਤੁਹਾਨੂੰ ਕੁਝ ਨਹੀਂ ਕਹਿਣਗੇ। ਗੱਲਾਂ ਸੁਣਦੀ ਹੋਈ ਹਰਨੀਤ ਨੀਤੂ ਵੀ ਬਹੁਤ ਸੰਜੀਦਾ ਹੋ ਗਈ ਸੀ। ਪਰ ਸਾਰੇ ਹੀ ਤੁਹਾਡੇ ਵਰਗੇ ਗੀਤ ਗਾਉਂਦੇ ਹਨ, ਮਾਣਕ ਨੇ ਗਾਇਆ ਸੀ, ਇੱਦਾਂ ਤੈਨੂੰ ਰਗੜ ਸਿੱਟੂ ਜਿਵੇਂ ਰਗੜੀ ਕੁੰਡੇ ਵਿੱਚ ਮਹਿੰਦੀ, ਰਮਲੇ ਦਾ ਜੀਜਾ ਸਾਲੀ 'ਤੇ ਡਿੱਗ ਪਿਆ ਲੋਟਣੀ ਖਾ ਕੇ, ਅਤੇ ਗੁਰਮੀਤ ਬਾਬਾ ਦਾ ਬਹੂ ਦੇ ਭੁਲੇਖੇ ਚੰਦਰਾ ਸੁੱਤੀ ਨੈਣ ਦੇ ਮੋਛਰੇ ਪਾ ਗਿਆ। ਦਦਾਰ ਦਾ ਮੇਰਾ ਜੋਬਨ ਪੀਤਾ ਕਈਆਂ ਨੇ, ਪਰ ਮੈਂ ਪੂਰੀ ਦੀ ਪੂਰੀ ਕੁਲੀ ਜਿਵੇਂ ਨਾਗ ਦਾ ਬੱਚਾ ਅਤੇ ਬਾਲੋਂ ਅੱਗ ਵਰਗੀ ਮੀਂਹ ਪੈਂਦੇ ਵਿੱਚ ਠਾਰੀ। ਤੁਹਾਡੇ ਪਿੱਛੇ ਹੀ ਲੋਕ ਕਿਉਂ ਪਏ ਹਨ? ਅੱਗੋਂ ਚਮਕੀਲੇ ਨੇ ਜਵਾਬ ਦਿੱਤਾ ਸੀ, ਇਨ ਲੋਕੋਂ ਕਾ ਕੋਈ ਅਮਾਨ ਨਹੀਂ, ਹਰ ਬਾਤ ਕੋ ਉਲਟਾ ਕਰ ਦਿੱਤੇ ਹਨ। ਬਹੁਤ ਬਹੁਤ ਧੰਨਵਾਦ ਦੋਸਤੋ, ਇਸੇ ਸਟੋਰੀ ਦਾ ਅਗਲਾ ਪਾਰਟ ਜਲਦੀ ਤੁਹਾਡੇ ਨਾਲ ਸਾਂਝਾ ਕਰਾਂਗੇ। ਧੰਨਵਾਦ ਜੀ।